ਮੋਹਾਲੀ ਪੁਲਿਸ ਨੇ ਪੁਲਿਸ ਦੀ CIA ਪੁਲਿਸ ਨੇ ਦੋ ਜਿਹੜੇ ਹੈਗੇ ਉਹ ਕਾਬੂ ਕੀਤੇ ਗਏ ਨੇ, ਇਹਨਾਂ ਦੇ ਕੋਲੋਂ 90 ਰਾਊਂਡ ਜਿਹੜੇ ਆ ਉਹ ਰਿਕਵਰ ਕੀਤੇ ਗਏ ਨੇ। ਇਹ ਕਿਸ ਤਰ੍ਹਾਂ ਇਹ ਲੈ ਕੇ ਆਏ, ਕਿੱਥੇ ਅੱਗੇ ਜਾਣਾ ਸੀਗਾ, ਇਹ ਟਾਰਗੇਟ ਕਿਲਿੰਗ ਨੂੰ ਲੈ ਕੇ ਜਿਹੜਾ ਹੈਗਾ ਉਹ ਸਾਹਮਣੇ ਆ ਰਹੀ ਗੱਲ, ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸਾਡੇ ਨਾਲ ਸੀਨੀਅਰ ਆਫਿਸਰ ਨੇ। ਡਿਪਟੀ ਸਾਹਿਬ, ਇਹ ਪੂਰਾ ਮਾਮਲਾ ਕੀ ਹੈ, ਇਹ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆ ਰਿਹਾ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਨਿਕਲਿਆ? ਇਹਦੇ 'ਚ ਜੀ ਪਹਿਲਾਂ ਆਪਾਂ ਇੱਕ ਮੋਨੂ ਨਾਂ ਦਾ ਲੜਕਾ ਪਕੜਿਆ ਸੀਗਾ, ਜਿਹੜਾ ਕਿ LIC ਕਲੋਨੀ ਇੱਥੇ ਖਰੜ ਰਹਿੰਦਾ ਸੀਗਾ। ਉਹਦੇ ਕੋਲ ਇਨੀਸ਼ੀਅਲੀ ਜਿਹੜੇ 90 ਰਾਊਂਡ ਰਿਕਵਰ ਹੋਏ ਸੀਗੇ। ਉਸ ਦੀ ਪੁੱਛਗਿੱਛ ਦੌਰਾਨ ਹੀ ਜਿਹੜਾ ਅੱਗੇ ਮੇਲ ਅਕਿਊਜ਼ ਸੀਗਾ ਇੱਕ ਮਨਿੰਦਰ ਹੈਗਾ ਜੀ, ਜਿਹੜਾ ਕਿ ਆਪਣੇ ਜਲੰਧਰ ਦਿਹਾਤੀ ਨੂੰ ਬਿਲੋਂਗ ਕਰਦਾ ਸੀਗਾ, ਉਹਨੂੰ ਰਾਊਂਡ ਆਊਟ ਕੀਤਾ ਗਿਆ। ਸੋ ਜੋ ਪਤਾ ਲੱਗਿਆ ਮਨਿੰਦਰ ਦੇ ਆਲਰੇਡੀ ਕਾਫੀ ਪਰਚੇ ਦਰਜ ਸੀਗੇ। ਸੋ ਉਹ ਜਿਹੜਾ ਹੈਗਾ ਇੱਕ ਹਰਜੀਤ ਹੁੰਡਲ ਨਾਂ ਦਾ ਇੱਕ ਗੈਂਗਸਟਰ ਟਾਈਪ ਬੰਦਾ ਹੈਗਾ, ਉਹ ਜਲੰਧਰ ਦਿਹਾਤੀ ਨੂੰ ਹੀ ਬਿਲੋਂਗ ਕਰਦਾ ਕਿਉਂਕਿ ਇਸ ਟਾਈਮ UK ਦੇ ਵਿੱਚ ਹੈਗਾ। ਔਰ ਉਹਦਾ ਇੱਕ ਸਾਥੀ ਹੈਗਾ ਗੋਪੀ ਨਵਾਂਸ਼ਹਿਰੀਆ, ਜੋ ਕਿ ਇਟਸੈਲਫ ਖੁਦ ਵੀ ਇੱਕ ਗੈਂਗਸਟਰ ਹੈ ਔਰ ਜੋ ਕਿ USA ਦੇ ਵਿੱਚ ਹੈ। ਉਹ ਗੋਪੀ ਨੇ ਹੀ ਇਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੇ ਕੋਈ ਟਾਰਗੇਟਸ, ਇਹਨਾਂ ਅਤੇ ਹਰਜੀਤ ਹੁੰਦਲ ਨੇ ਕੋਈ ਟਾਰਗੇਟਸ ਆਈਡੈਂਟੀਫਾਈ ਕੀਤੇ ਸੀ ਜਿਹਨਾਂ ਨੂੰ ਲਿਮਿਟ ਕਰਨ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਵੈਪਨ ਅਤੇ ਐਮੂਨੇਸ਼ਨ ਇਕੱਠਾ ਕਰ ਰਹੇ ਸੀਗੇ। ਸੋ ਗੋਪੀ ਦੇ ਕਹਿਣ ਦੇ ਉੱਪਰ ਹੀ ਜਿਹੜਾ ਇੱਥੇ ਲਾਂਡਰਾਂ ਤੋਂ ਜਿਹੜਾ ਮੋਹਿਤ ਨੂੰ ਕਹਿ ਕੇ ਜਿਹੜਾ ਹੈਗਾ ਐਮੂਨੇਸ਼ਨ ਆਪਣੇ ਮਨਿੰਦਰ ਨੇ ਚੁਕਵਾਇਆ ਸੀਗਾ, ਕਿਉਂਕਿ ਲੇਟਰ ਆਨ ਮਨਿੰਦਰ ਨੇ ਅੱਗੇ ਲਿਜਾ ਕੇ ਜਿਹੜਾ ਜਿੱਥੇ ਵੀ ਫਰਦਰ ਯੂਜ਼ ਹੋਣਾ ਸੀਗਾ ਐਜ਼ ਪਰ ਜੋ ਉੱਪਰੋਂ ਇਨਫੋਰਮੇਸ਼ਨ ਆਉਣੀ ਸੀਗੀ ਉਹਨੇ ਐਗਜੀਕਿਊਟ ਕਰਨਾ ਸੀਗਾ। ਡਾਕਟਰ ਸਾਹਿਬ, ਇਹ ਕਿੱਥੋਂ ਲੈ ਕੇ ਆਏ ਸੀ, ਕੋਈ ਦੇ ਕੇ ਗਿਆ ਸੀ ਇਹਨਾਂ ਨੂੰ ਹੁਣ ਤੱਕ ਦੀ ਨਿਸ਼ਲੀ? ਜੋ ਗੋਪੀ ਨਵਾਂਸ਼ਹਿਰੀ ਆ ਉਹਨੇ ਹੀ ਇਹਨਾਂ ਨੂੰ ਦੱਸਿਆ ਗਿਆ ਸੀ, ਇੱਥੇ ਲਾਂਡਰਾਂ ਰੋਡ 'ਤੇ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਸਪੋਟ ਦੱਸਿਆ ਸੀਗਾ ਜਿੱਥੋਂ ਕਿ ਇਹਨਾਂ ਨੂੰ ਇਹਨਾਂ ਨੇ ਰਾਊਂਡਸ ਕਲੈਕਟ ਕੀਤੇ ਨੇ। ਬਾਕੀ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਐਜ਼ ਟੂ ਉਹ ਕੌਣ ਬੰਦਾ ਸੀਗਾ, ਉਹ ਗੋਪੀ ਦੇ ਰਾਹੀਂ ਕਿਹਨੂੰ ਉਹਨਾਂ ਨੇ ਇਹਦੀ ਡਿਊਟੀ ਲਾਈ ਗਈ ਸੀ ਉਹ ਸਾਰਾ ਆਈਡੈਂਟੀਫਾਈ ਕੀਤਾ ਜਾ ਰਿਹਾ। ਹੋਰ ਵੀ ਕੋਈ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜਾਂ ਦੋ ਹੀ ਜਿਹੜੇ ਹੈਗੇ ਮੇਨ ਹੈਗੇ ਮੋਹਿਤ ਅਤੇ ਮੇਨ? ਨਾਲੇ ਇਹੀ ਦੋ ਨੇ ਜੀ, ਬਾਕੀ ਜਿਹੜੇ ਬਾਕੀ ਦੋ ਮੇਨ ਜਿਹਨਾਂ ਅਸਲ ਇਹਨਾਂ ਦੇ ਪਿੱਛੇ ਮਾਸਟਰ ਮਾਈਂਡ ਹੈ ਉਹ US 'ਚ ਬੈਠੇ ਨੇ। ਹੋਰ ਇਹਨਾਂ ਦੇ ਕਿਹੜੇ ਟਾਰਗੇਟਸ ਹੈ, ਹੋਰ ਕਿਹਨਾਂ ਨੂੰ ਕਰਨਾ ਸੀਗਾ ਜਾਂ ਹੋਰ ਕੋਈ ਵੈਪਨ ਆਏ ਨਹੀਂ ਹੈ ਉਹ ਸਾਰਾ ਪਾਣ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਪਲਾਈ ਹੋਈ ਹੈ ਜਾਂ ਪਹਿਲੀ ਵਾਰੀ? ਫਿਲਹਾਲ ਵਾਲੇ ਇਹੀ ਹੈ, ਬਾਕੀ ਇਹਨਾਂ ਦੇ ਮਾੜੇ ਬੈਕਗਰਾਊਂਡ ਨੇ, ਮਾੜੇ ਆਨਸਰ ਨੇ, ਇਹਨਾਂ ਦੇ ਪਹਿਲਾਂ ਵੀ 7-8 ਪਰਚੇ ਲੜਾਈ ਝਗੜੇ ਦੇ ਅਤੇ ਹੋਰ ਇਹਨਾਂ ਦੇ ਆਲਰੇਡੀ ਰਜਿਸਟਰਡ ਨੇ, ਉਹ ਸਾਰੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ। ਬਿਲਕੁਲ, ਜਿੱਦਾਂ ਸਾਹਮਣੇ ਦੱਸਿਆ ਜਿਹੜੇ DSP ਨੇ CIA ਦੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਗਈ, ਜਿਹਦੇ ਵਿੱਚ ਹੁਣ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਐਬਰੋਡ 'ਚ ਬੈਠੇ ਜਿਹੜੇ ਗੈਂਗਸਟਰਸ ਨੇ ਉਹਨਾਂ ਵੱਲੋਂ ਇਹ ਪੂਰਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਐਮੂਨੇਸ਼ਨ ਜਿਹੜਾ ਹੈਗਾ ਸਪਲਾਈ ਕਰਨਾ ਔਰ ਅੱਗੇ ਟਾਰਗੇਟ ਕਿਲਿੰਗ ਕਰਨੀ ਸੀ ਜਲੰਧਰ ਸੁਲਤਾਨਪੁਰ ਲੋਧੀ ਸਾਈਡ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਹਦੀ ਟਾਰਗੇਟ ਕਿਲਿੰਗ 'ਚ ਕਿਹਦਾ ਨਾਂ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ ਕਿਉਂਕਿ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਵੀ ਵੈਪਨ ਰਿਕਵਰ ਕੀਤੇ ਗਏ ਹੈ, ਉਹਨਾਂ ਦੇ ਵਿੱਚ ਇਹਨਾਂ ਦਾ ਨਾਂ ਸਾਹਮਣੇ ਆ ਰਿਹਾ ਕਿ ਇਹਨਾਂ ਦੇ ਹੀ ਵੈਪਨ ਸੀਗੇ ਜਿਨ੍ਹਾਂ ਨੂੰ ਰਿਕਵਰ ਕੀਤਾ ਗਿਆ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਸਿੰਘ ਨਾਲ ਮਨੋਜ ਰਾਠੀ ਜਿਹੜੀ ਪੰਜਾਬ। ਮੋਹਾਲੀ ਪੁਲਿਸ ਨੇ ਪੁਲਿਸ ਦੀ CIA ਪੁਲਿਸ ਨੇ ਦੋ ਜਿਹੜੇ ਹੈਗੇ ਉਹ ਕਾਬੂ ਕੀਤੇ ਗਏ ਨੇ, ਇਹਨਾਂ ਦੇ ਕੋਲੋਂ 90 ਰਾਊਂਡ ਜਿਹੜੇ ਹੈ ਉਹ ਰਿਕਵਰ ਕੀਤੇ ਗਏ ਨੇ। ਇਹ ਕਿਸ ਤਰ੍ਹਾਂ ਇਹ ਲੈ ਕੇ ਆਏ, ਕਿੱਥੇ ਅੱਗੇ ਜਾਣਾ ਸੀਗਾ, ਇਹ ਟਾਰਗੇਟ ਕਿਲਿੰਗ ਨੂੰ ਲੈ ਕੇ ਜਿਹੜਾ ਹੈਗਾ ਉਹ ਸਾਹਮਣੇ ਆ ਰਹੀ ਗੱਲ, ਜਿਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਜਾਣਕਾਰੀ ਦਿੱਤੀ ਗਈ ਸਾਡੇ ਨਾਲ ਸੀਨੀਅਰ ਆਫਿਸਰ ਨੇ। ਡਿਪਟੀ ਸਾਹਿਬ, ਇਹ ਪੂਰਾ ਮਾਮਲਾ ਕੀ ਹੈ, ਇਹ ਟਾਰਗੇਟ ਕਿਲਿੰਗ ਦਾ ਮਾਮਲਾ ਸਾਹਮਣੇ ਆ ਰਿਹਾ, ਹੁਣ ਤੱਕ ਦੀ ਇਨਵੈਸਟੀਗੇਸ਼ਨ 'ਚ ਕੀ ਨਿਕਲਿਆ? ਇਹਦੇ 'ਚ ਜੀ ਪਹਿਲਾਂ ਆਪਾਂ ਇੱਕ ਮੋਨੂ ਨਾਂ ਦਾ ਲੜਕਾ ਪਕੜਿਆ ਸੀਗਾ, ਜਿਹੜਾ ਕਿ LIC ਕਲੋਨੀ ਇੱਥੇ ਖਰੜ ਰਹਿੰਦਾ ਸੀਗਾ। ਉਹਦੇ ਕੋਲ ਇਨੀਸ਼ੀਅਲੀ ਜਿਹੜੇ 90 ਰਾਊਂਡ ਰਿਕਵਰ ਹੋਏ ਸੀਗੇ। ਉਸ ਦੀ ਪੁੱਛਗਿੱਛ ਦੌਰਾਨ ਹੀ ਜਿਹੜਾ ਅੱਗੇ ਮੇਲ ਅਕਿਊਜ਼ ਸੀਗਾ ਇੱਕ ਮਨਿੰਦਰ ਹੈਗਾ ਜੀ, ਜਿਹੜਾ ਕਿ ਆਪਣੇ ਜਲੰਧਰ ਦਿਹਾਤੀ ਨੂੰ ਬਿਲੋਂਗ ਕਰਦਾ ਸੀਗਾ, ਉਹਨੂੰ ਰਾਊਂਡ ਆਊਟ ਕੀਤਾ ਗਿਆ। ਸੋ ਜੋ ਪਤਾ ਲੱਗਿਆ ਮਨਿੰਦਰ ਦੇ ਆਲਰੇਡੀ ਕਾਫੀ ਪਰਚੇ ਦਰਜ ਸੀਗੇ। ਸੋ ਉਹ ਜਿਹੜਾ ਹੈਗਾ ਇੱਕ ਹਰਜੀਤ ਹੁੰਡਲ ਨਾਂ ਦਾ ਇੱਕ ਗੈਂਗਸਟਰ ਟਾਈਪ ਬੰਦਾ ਹੈਗਾ, ਉਹ ਜਲੰਧਰ ਦਿਹਾਤੀ ਨੂੰ ਹੀ ਬਿਲੋਂਗ ਕਰਦਾ ਕਿਉਂਕਿ ਇਸ ਟਾਈਮ UK ਦੇ ਵਿੱਚ ਹੈਗਾ। ਔਰ ਉਹਦਾ ਇੱਕ ਸਾਥੀ ਹੈਗਾ ਗੋਪੀ ਨਵਾਂਸ਼ਹਿਰੀਆ, ਜੋ ਕਿ ਇਟਸੈਲਫ ਖੁਦ ਵੀ ਇੱਕ ਗੈਂਗਸਟਰ ਹੈ ਔਰ ਜੋ ਕਿ USA ਦੇ ਵਿੱਚ ਹੈ।
ਉਹ ਗੋਪੀ ਨੇ ਹੀ ਇਹਨਾਂ ਨੂੰ ਕਿਹਾ ਸੀਗਾ ਵੀ ਇਹਨਾਂ ਨੇ ਕੋਈ ਟਾਰਗੇਟਸ, ਇਹਨਾਂ 'ਤੇ ਹਰਜੀਤ ਹੁੰਦਲ ਨੇ ਕੋਈ ਟਾਰਗੇਟਸ ਆਈਡੈਂਟੀਫਾਈ ਕੀਤੇ ਸੀ ਜਿਹਨਾਂ ਨੂੰ ਲਿਮੀਨੇਟ ਕਰਨ ਵਾਸਤੇ ਇਹਨਾਂ ਨੇ ਜਿਹੜਾ ਹੈਗਾ ਵੈਪਨ ਅਤੇ ਐਮੂਨੇਸ਼ਨ ਇਕੱਠਾ ਕਰ ਰਹੇ ਸੀਗੇ। ਸੋ ਗੋਪੀ ਦੇ ਕਹਿਣ ਦੇ ਉੱਪਰ ਹੀ ਜਿਹੜਾ ਇੱਥੇ ਲਾਂਡਰਾਂ ਤੋਂ ਜਿਹੜਾ ਮੋਹਿਤ ਨੂੰ ਕਹਿ ਕੇ ਜਿਹੜਾ ਹੈਗਾ ਐਮੂਨੇਸ਼ਨ ਆਪਣੇ ਮਨਿੰਦਰ ਨੇ ਚੁਕਵਾਇਆ ਸੀਗਾ, ਕਿਉਂਕਿ ਲੇਟਰ ਆਨ ਮਨਿੰਦਰ ਨੇ ਅੱਗੇ ਲਿਜਾ ਕੇ ਜਿਹੜਾ ਜਿੱਥੇ ਵੀ ਫਰਦਰ ਯੂਜ਼ ਹੋਣਾ ਸੀਗਾ ਐਜ਼ ਪਰ ਜੋ ਉੱਪਰੋਂ ਇਨਫੋਰਮੇਸ਼ਨ ਆਉਣੀ ਸੀਗੀ ਉਹਨੇ ਐਗਜ਼ੀਕਿਊਟ ਕਰਨਾ ਸੀ। ਸਾਹਿਬ ਇਹ ਕਿੱਥੋਂ ਲੈ ਕੇ ਆਏ ਸੀ, ਕੋਈ ਦੇ ਕੇ ਗਿਆ ਸੀ ਇਹਨਾਂ ਨੂੰ ਹੁਣ ਤੱਕ ਦੀ ਇਨੀਸ਼ੀਅਲੀ? ਜੋ ਗੋਪੀ ਨਵੇਂ ਸ਼ਹਿਰੀ ਆ ਉਹਨੇ ਹੀ ਇਹਨਾਂ ਨੂੰ ਦੱਸਿਆ ਗਿਆ ਸੀ, ਇੱਥੇ ਲਾਂਡਰਾਂ ਰੋਡ 'ਤੇ ਹੀ ਜਿਹੜਾ ਹੈਗਾ ਇਹਨਾਂ ਨੇ ਇੱਕ ਸਪੋਟ ਦੱਸਿਆ ਸੀਗਾ ਜਿੱਥੋਂ ਕਿ ਇਹਨਾਂ ਨੂੰ ਇਹਨਾਂ ਨੇ ਰਾਊਂਡਸ ਕਲੈਕਟ ਕੀਤੇ ਨੇ। ਬਾਕੀ ਜਿਹੜਾ ਹੈਗਾ ਫਰਦਰ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਐਜ਼ ਟੂ ਉਹ ਕੌਣ ਬੰਦਾ ਸੀਗਾ, ਉਹ ਗੋਪੀ ਦੇ ਰਾਹੀਂ ਕਿਹਨੂੰ ਉਹਨਾਂ ਨੇ ਇਹਦੀ ਡਿਊਟੀ ਲਾਈ ਗਈ ਸੀ ਉਹ ਸਾਰਾ ਆਈਡੈਂਟੀਫਾਈ ਕੀਤਾ ਗਿਆ। ਹੋਰ ਵੀ ਕੋਈ ਇਨਵੋਲਵਮੈਂਟ ਸਾਹਮਣੇ ਆ ਰਹੀ ਹੈ ਜਾਂ ਦੋ ਹੀ ਜਿਹੜੇ ਹੈਗੇ ਮੇਨ ਹੈਗੇ ਮੋਹਿਤ ਅਤੇ ਮੇਨ? ਨਾਲੇ ਇਹੀ ਦੋ ਨੇ ਜੀ, ਬਾਕੀ ਜਿਹੜੇ ਬਾਕੀ ਦੋ ਮੇਨ ਜਿਹਨਾਂ ਅਸਲ ਇਹਨਾਂ ਦੇ ਪਿੱਛੇ ਮਾਸਟਰ ਮਾਇੰਡ ਨੇ ਉਹ US 'ਚ ਬੈਠੇ ਨੇ। ਹੋਰ ਇਹਨਾਂ ਦੇ ਕਿਹੜੇ ਟਾਰਗੇਟਸ ਹੈ, ਹੋਰ ਕਿਹਨਾਂ ਨੂੰ ਕਰਨਾ ਸੀਗਾ ਜਾਂ ਹੋਰ ਕੋਈ ਵੈਪਨ ਆਏ ਨਹੀਂ ਆਏ ਉਹ ਸਾਰਾ ਆਪਾਂ। ਇਸ ਤੋਂ ਪਹਿਲਾਂ ਵੀ ਇਸ ਤਰ੍ਹਾਂ ਦੀ ਸਪਲਾਈ ਹੋਈ ਹੈ ਜਾਂ ਪਹਿਲੀ ਵਾਰੀ? ਫਿਲਹਾਲ ਵਾਲੇ ਇਹੀ ਹੈ, ਬਾਕੀ ਇਹਨਾਂ ਦੇ ਮਾੜੇ ਬੈਕਗਰਾਊਂਡ ਨੇ, ਮਾੜੇ ਆਨਸਰ ਨੇ, ਇਹਨਾਂ ਦੇ ਪਹਿਲਾਂ ਵੀ 7-7, 8-8 ਪਰਚੇ ਲੜਾਈ ਝਗੜੇ ਦੇ ਅਤੇ ਹੋਰ ਇਹਨਾਂ ਦੇ ਆਲਰੇਡੀ ਰਜਿਸਟਰਡ ਨੇ, ਉਹ ਸਾਰੀ ਫਰਦਰ ਇਨਵੈਸਟੀਗੇਸ਼ਨ ਹੋ ਰਹੀ ਹੈ। ਬਿਲਕੁਲ, ਜਿੱਦਾਂ ਸਾਹਮਣੇ ਦੱਸਿਆ ਜਿਹੜੇ DSP ਨੇ CIA ਦੇ ਉਹਨਾਂ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਕਈ ਚੀਜ਼ਾਂ ਨੂੰ ਲੈ ਕੇ ਇਨਵੈਸਟੀਗੇਸ਼ਨ ਕੀਤੀ ਗਈ ਜਿਹਦੇ ਵਿੱਚ ਹੁਣ ਸਾਹਮਣੇ ਆਇਆ ਕਿ ਕਿਸ ਤਰ੍ਹਾਂ ਐਬਰੋਡ 'ਚ ਬੈਠੇ ਜਿਹੜੇ ਗੈਂਗਸਟਰਸ ਨੇ ਉਹਨਾਂ ਵੱਲੋਂ ਇਹ ਪੂਰਾ ਇਹਨਾਂ ਨੂੰ ਦਿੱਤਾ ਗਿਆ ਸੀਗਾ ਐਮੂਨੇਸ਼ਨ ਜਿਹੜਾ ਹੈਗਾ ਸਪਲਾਈ ਕਰਨਾ ਔਰ ਅੱਗੇ ਟਾਰਗੇਟ ਕਿਲਿੰਗ ਕਰਨੀ ਸੀ ਜਲੰਧਰ ਸੁਲਤਾਨਪੁਰ ਲੋਧੀ ਸਾਈਡ। ਹਾਲਾਂਕਿ ਪੁਲਿਸ ਹੁਣ ਇਨਵੈਸਟੀਗੇਸ਼ਨ ਕਰ ਰਹੀ ਹੈ ਕਿ ਕਿਹਦੀ ਟਾਰਗੇਟ ਕਿਲਿੰਗ 'ਚ ਕਿਹਦਾ ਨਾਂ ਸੀਗਾ, ਇਹ ਸਾਰੀ ਚੀਜ਼ਾਂ ਨੂੰ ਲੈ ਕੇ ਹੁਣ ਪੁਲਿਸ ਪੁਆਇੰਟ ਟੂ ਪੁਆਇੰਟ ਇਨਵੈਸਟੀਗੇਸ਼ਨ ਕਰ ਰਹੀ ਹੈ, ਕਿਉਂਕਿ ਥੋੜ੍ਹੇ ਦਿਨ ਪਹਿਲਾਂ ਅੰਮ੍ਰਿਤਸਰ ਪੁਲਿਸ ਨੇ ਵੀ ਵੈਪਨ ਰਿਕਵਰ ਕੀਤੇ ਗਏ ਹੈ, ਉਹਨਾਂ ਦੇ ਵਿੱਚ ਇਹਨਾਂ ਦਾ ਨਾਂ ਸਾਹਮਣੇ ਆ ਰਿਹਾ ਕਿ ਇਹਨਾਂ ਦੇ ਹੀ ਵੈਪਨ ਸੀਗੇ ਜਿਨ੍ਹਾਂ ਨੂੰ ਰਿਕਵਰ ਕੀਤਾ ਗਿਆ। ਮੋਹਾਲੀ ਤੋਂ ਕੈਮਰਾਮੈਨ ਸੰਦੀਪ ਸਿੰਘ ਨਾਲ ਮਨੋਜ ਰਾਠੀ, ਪੰਜਾਬ।